ਪਠਾਨਕੋਟ ਚ ਆਮੋ ਸਾਹਮਣੇ ਹੋਏ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਪੋਸਟਰਾਂ ਨੂੰ ਲੈ ਕੇ ਹੋਇਆ ਖੂਬ ਹੰਗਾਮਾ ਪੁਲਿਸ ਨੇ ਮੌਕੇ ਤੇ ਸਾਂਭੀ ਸਥਿਤੀ ਅੰਮ੍ਰਿਤਸਰ ਪਹੁੰਚੇ ਕਾਂਗਰਸ ਪ੍ਰਧਾਨ ਖੜਗੇ ਦਾ ਪੀਐਮ ਮੋਦੀ ਤੇ ਤਿੱਖਾ ਹਮਲਾ ਬੋਲੇ ਮੋਦੀ ਜੀ ਬੋਲਦੇ ਨੇ ਜ਼ਿਆਦਾ ਪਰ ਕੰਮ ਕਰਦੇ ਨੇ ਘੱਟ ਸਭ ਦਾ ਵਿਕਾਸ ਨਹੀਂ ਸੱਤਿਆਨਾਸ਼ ਕਰ ਰਹੀ ਬੀਜੇਪੀ ਲੁਧਿਆਣਾ ਵਿੱਚ ਵਪਾਰ ਮਿਲਣੀ ਚ ਕੇਜਰੀਵਾਲ ਦਾ ਪੀਐਮ ਮੋਦੀ ਤੇ ਨਿਸ਼ਾਨਾ ਬੋਲੇ ਬੀਜੇਪੀ ਨੂੰ ਭਾਈ ਵੋਟ ਤਾਂ ਫ੍ਰੀ ਬਿਜਲੀ ਕਰ ਦੇਣਗੇ ਬੰਦ ਕੇਂਦਰ ਨੇ ਰੋਕਿਆ ਹੋਇਆ ਪੰਜਾਬ ਦਾ ਕਰੋੜਾਂ ਰੁਪਏ ਦਾ ਫਰੰਟ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਸੂਬਾ ਸਰਕਾਰ ਤੇ ਤਿੱਖਾ ਨਿਸ਼ਾਨਾ ਬੋਲੇ ਅੱਜ ਪੰਜਾਬ ਦੀ ਨਸਲ ਅਤੇ ਫਸਲ ਬਚਾਉਣ ਦੀ ਲੋੜ ਪਿੰਡਾਂ ਸ਼ਹਿਰਾਂ ਵਿੱਚ ਖੁੱਲ੍ਹੇਆਮ ਵਿਕ ਰਿਹਾ ਨਸ਼ਾ ਸਰਕਾਰ ਕਿਉਂ ਨਹੀਂ ਦਿੰਦੀ ਧਿਆਨ ਬਠਿੰਡਾ ਰੈਲੀ ਤੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਵੱਡਾ ਵਾਅਦਾ ਬੋਲੇ ਸਰਕਾਰ ਆਈ ਤਾਂ ਨਸ਼ਾ ਵੇਚਣ ਵਾਲਿਆਂ ਤੇ ਗੈਂਗਸਟਰਾਂ ਨੂੰ ਫਾਂਸੀ ਦਾ ਲੈ ਕੇ ਆਵਾਂਗੇ ਕਾਨੂੰਨ ਨਾ ਪੰਜਾਬ 'ਚ ਗੈਂਗਸਟਰ ਰਹੇਗਾ ਤੇ ਨਾ ਹੀ ਕੋਈ ਨਸ਼ਾ ਵੇਚਣ ਵਾਲਾ ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਸਣੇ ਪੰਜ ਮੁਲਜ਼ਮ ਭਰੇ ਹਾਈਕੋਰਟ ਨੇ ਰੱਦ ਕੀਤਾ ਸੀਬੀਆਈ ਕੋਰਟ ਦਾ ਫੈਸਲਾ ਪੁੱਡਾ ਕੰਪਲੈਕਸ ਲਾਡੋਵਾਲੀ ਰੋਡ ਜਲੰਧਰ ਚ ਨਿਊਜ਼ 18 ਪੰਜਾਬ ਦਾ ਮੈਗਾ ਸ਼ੋ ਤਾਕੜ ਵਰਸਸ ਤਾਕੜ 2.0 ਅੱਜ ਰਾਤ 8 ਵਜੇ ਲਾਈਵ ਸਵਾਗਤ ਹੈ ਸੀਐਮ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਮਹਿਲਾਵਾਂ ਨੂੰ 1100 ਰੁਪਏ ਦਿੱਤੇ ਜਾਣਗੇ ਮਹਿਲਾਵਾਂ ਨੂੰ 1000 ਰੁਪਏ ਦੀ ਥਾਂ ਤੇ ਹੁਣ 1100 ਰੁਪਏ ਦੇਵਾਂਗੇ ਇੱਕ ਵੱਡਾ ਬਿਆਨ ਉਹਨਾਂ ਦਿੱਤਾ ਹੈ ਜੇਕਰ ਇੱਕ ਵਾਰ ਪੈਸੇ ਅਕਾਊਂਟ ਦੇ ਵਿੱਚ ਆਏ ਤਾਂ ਫਿਰ ਹਮੇਸ਼ਾ ਆਉਣਗੇ ਤਾਂ ਦੱਸਦੇ ਕਿ 1000 ਰੁਪਏ ਦੀ ਗਰੰਟੀ ਜਿਹੜੀ ਹੈ ਮਹਿਲਾਵਾਂ ਨੂੰ ਦਿੱਤੀ ਗਈ ਸੀ ਕਿ 1000 ਰੁਪਏ ਖਾਤੇ ਦੇ ਵਿੱਚ ਹਰ ਮਹੀਨੇ ਆਉਣਗੇ ਔਰ ਉਸ ਨੂੰ ਲੈ ਕੇ ਲਗਾਤਾਰ ਵਿਰੋਧੀ ਜਿਹੜੇ ਨੇ ਸਰਕਾਰ ਨੂੰ ਘੇਰਦੇ ਵੀ ਆ ਰਹੇ ਨੇ ਕਿ ਆਖਿਰਕਾਰ ਕਦੋਂ ਇਹ ਪੈਸੇ ਸ਼ੁਰੂ ਹੋਣਗੇ ਤਾਂ ਹੁਣ ਇੱਕ ਵੱਡਾ ਬਿਆਨ ਸੀਐਮ ਭਗਵੰਤ ਮਾਨ ਨੇ ਦਿੱਤਾ ਦੱਸਦੇ ਕਿ ਸੰਗਰੂਰ ਦੇ ਵਿੱਚ ਸੰਬੋਧਨ ਕਰ ਰਹੇ ਸਨ ਔਰ ਉਸ ਮੌਕੇ ਤੇ ਉਹਨਾਂ ਨੇ ਕਿਹਾ ਹੈ ਕਿ ਮਹਿਲਾਵਾਂ ਨੂੰ ਅਸੀਂ 1000 ਰੁਪਏ ਨਹੀਂ ਬਲਕਿ 1100 ਰੁਪਏ ਹਰ ਮਹੀਨੇ ਖਾਤੇ ਵਿੱਚ ਪਾਵਾਂਗੇ ਉਹਨਾਂ ਨੇ ਕਿਹਾ ਕਿ 2 ਮਹੀਨੇ ਪਹਿਲਾਂ ਵੀ ਮੈਂ ਐਲਾਨ ਕਰ ਸਕਦਾ ਸੀ ਪਰ ਫਿਰ ਕਿਹਾ ਜਾਣਾ ਸੀ ਕਿ ਇੱਕ ਸਟੰਟ ਹੈ ਔਰ ਇੱਕ ਸਟੰਟ ਦੇ ਤੌਰ ਤੇ ਇਸ ਨੂੰ ਮੈਂ ਨਹੀਂ ਲੈਣਾ ਚਾਹੁੰਦਾ ਔਰ ਨਾਲ ਹੀ ਜਿਵੇਂ ਹੀ ਇਲੈਕਸ਼ਨ ਹੋਣਗੇ ਉਸ ਤੋਂ ਬਾਅਦ ਜਦੋਂ ਦਿੱਤੇ ਜਾਣਗੇ ਪੈਸੇ ਤਾਂ 1000 ਰੁਪਏ ਦੀ ਥਾਂ ਤੇ 1100 ਰੁਪਏ ਦੇਵਾਂਗੇ ਇਹ ਵੱਡਾ ਬਿਆਨ ਉਹਨਾਂ ਨੇ ਦਿੱਤਾ ਤੇ 5500 ਦਾ ਬਜਟ ਹੈ ਇੱਕ ਸਾਲ ਦਾ ਤੇ ਬਚੂਗਾ 6 ਤੋਂ 7 ਹਜ਼ਾਰ ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਖਾਕਾ ਕਰੀ ਜਾਂਦੇ ਤਿਆਰ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਇਆ ਦੇਣਾ ਸੀ ਦਿਉਂਗਾ ਵੀ 1100 ਨਾਲੇ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਵੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਵੋਟਾਂ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਇਹ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ 13 ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ 0 ਹੀ ਆਊਗਾ ਉਧਰੋਂ ਫਿਰ 1100 ਆਊਗਾ ਹੀ ਆਊਗਾ ਐਨ ਐ ਪਏ ਨੇ ਉਂਗਲਾਂ ਤੇ ਰੱਟੇ ਕੰਮ ਮੈਂ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਤਾਂ ਇਸੇ ਕੰਮ ਤੇ ਹੁਣ ਤੜਕੇ ਉੱਠ ਕੇ ਪਰਮਾਤਮਾ ਦਾ ਸ਼ੁਕਰ ਕਰਦਾ ਪਰਮਾਤਮਾ ਇੱਕ ਦਿਨ ਹੋਰ ਦਿੱਤਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ ਤੇ 5500 ਦਾ ਬਜਟ ਹੈ ਇੱਕ ਸਾਲ ਦਾ ਤੇ ਬਚੂਗਾ 6 ਤੋਂ 7 ਹਜ਼ਾਰ ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਖਾਕਾ ਕਰੀ ਜਾਂਦੇ ਤਿਆਰ
ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਇਆ ਦੇਣਾ ਸੀ ਦਿਉਂਗਾ ਵੀ 1100 ਵਾਲੇ ਹੁਣ। ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਵੋਟਾਂ ਤੋਂ ਸ਼ੁਰੂ ਕਰ ਦਿੰਦਾ ਸਕੀਮ, ਵੋਟਾਂ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਇਹ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ, ਜਦੋਂ 13 ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ, ਬਿਜਲੀ ਦੇ ਬਿੱਲ ਵਾਂਗੂ ਜ਼ੀਰੋ ਹੀ ਆਊਗਾ, ਉਧਰੋਂ ਫਿਰ 1100 ਆਊਗਾ ਹੀ ਆਊਗਾ। ਐਨ ਐ ਪੈ ਨੇ ਉਂਗਲਾਂ ਤੇ ਰੱਟੇ ਕੰਮ, ਮੈਂ ਕੋਈ ਹੋਰ ਕੰਮ ਕਰਨਾ ਹੀ ਨਹੀਂ, ਮੈਂ ਤਾਂ ਇਹ ਕੰਮ ਤੀ ਹੁਣ। ਤੜਕੇ ਉੱਠ ਕੇ ਪਰਮਾਤਮਾ ਦਾ ਸ਼ੁਕਰ ਕਰਦਾ, ਪਰਮਾਤਮਾ ਇੱਕ ਦਿਨ ਹੋਰ ਦਿੱਤਾ, ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ। ਸੀਐਮ ਭਗਵੰਤ ਮਾਨ ਨੇ ਸੰਗਰੂਰ ਦੇ ਵਿੱਚ ਸੰਬੋਧਨ ਦੇ ਦੌਰਾਨ ਇਹ ਕਿਹਾ ਹੈ ਔਰ ਇਹ ਸੁਭਾਵਿਕ ਤੌਰ ਤੇ ਬਿਆਨ ਜਿਹੜਾ ਸਾਰੇ ਪੰਜਾਬ ਦੇ ਲੋਕਾਂ ਦੇ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਜੋ ਮਾਵਾਂ ਭੈਣਾਂ ਨੂੰ 1000 ਰੁਪਏ ਦੇਣੇ ਸਨ ਪਰ ਉਸਦੀ ਥਾਂ ਤੇ 1100 ਰੁਪਏ ਦਿੱਤੇ ਜਾਣਗੇ। ਤਾਂ ਦੱਸੀ ਕਿ ਲਗਾਤਾਰ ਵਿਰੋਧੀ 1000 ਰੁਪਏ ਨੂੰ ਲੈ ਕੇ ਸਵਾਲ ਕਰ ਰਹੇ ਸਨ ਕਿ ਜੋ ਗਾਰੰਟੀ ਦਿੱਤੀ ਗਈ ਸੀ ਪਰ ਉਹ ਗਾਰੰਟੀ ਸਰਕਾਰ ਨੇ ਪੂਰੀ ਨਹੀਂ ਕੀਤੀ, ਜਿਸ ਨੂੰ ਲੈ ਕੇ ਹੁਣ ਇੱਕ ਵੱਡਾ ਬਿਆਨ ਸੀਐਮ ਭਗਵੰਤ ਮਾਨ ਨੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 1000 ਰੁਪਇਆ ਨਹੀਂ ਔਰ 1100 ਰੁਪਏ ਦਿੱਤੇ ਜਾਣਗੇ ਪ੍ਰਤੀ ਮਹੀਨਾ ਔਰ ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਸਾਰਾ ਹਿਸਾਬ ਕਿਤਾਬ ਜਿਹੜਾ ਹੈ ਸਰਕਾਰ ਨੇ ਲਗਾਇਆ ਹੋਇਆ ਹੈ, ਉਹਨਾਂ ਨੇ ਲਗਾਇਆ ਹੋਇਆ ਹੈ 5500 ਕਰੋੜ ਰੁਪਏ ਦਾ ਜਿਹੜਾ ਹੈ ਇਸ ਤੇ ਖਰਚਾ। ਅੱਗੇ ਵਧਾਂਗੇ ਤਾਂ ਕਿਸਾਨ ਸ਼ੁਭਕਰਨ ਦੀ ਮੌਤ ਦਾ ਮਾਮਲਾ, ਇਸ ਮਾਮਲੇ ਦੇ ਵਿੱਚ ਅਹਿਮ ਖਬਰ ਹੈ। ਮਾਮਲੇ ਦੇ ਵਿੱਚ ਬਣਾਈ ਗਈ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਰਿਪੋਰਟ ਸੌਂਪੀ ਹੈ ਔਰ ਰਿਪੋਰਟ ਦੇ ਮੁਤਾਬਕ ਘਟਨਾ ਵਾਲੀ ਥਾਂ ਹਰਿਆਣਾ ਦੇ ਵਿੱਚ ਹੈ। ਕਿਸ ਹਥਿਆਰ ਦੇ ਨਾਲ ਮੌਤ ਹੋਈ ਹੈ, ਮੌਤ ਦੇ ਲਈ ਜ਼ਿੰਮੇਵਾਰ ਕੌਣ ਹੈ, ਇਹ ਅਜੇ ਤੈਅ ਹੋਣਾ ਬਾਕੀ ਹੈ। ਤਾਂ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦੱਸ ਦਿੱਤੀ ਕਿ ਪੋਸਟਮਾਰਟਮ ਰਿਪੋਰਟ ਸੌਂਪਣ ਦੇ ਲਈ ਕਿਹਾ ਹੈ। ਹੋਰ ਫੋਰੈਂਸਿਕ ਐਵੀਡੈਂਸ ਜਿਹੜੇ ਨੇ ਉਹ ਵੀ CFL ਨੂੰ ਸੌਂਪੇ ਜਾਣ ਦੇ ਆਦੇਸ਼ ਦਿੱਤੇ ਗਏ ਨੇ। ਤਾਂ ਸ਼ੰਭੂ ਬਾਰਡਰ ਦੇ ਬੰਦ ਜਾਂ ਖੁੱਲੇ ਹੋਣ ਬਾਰੇ ਵੀ ਹਾਈ ਕੋਰਟ ਨੇ ਰਿਪੋਰਟ ਮੰਗੀ ਹੈ। ਤਾਂ ਕਿਸਾਨ ਸ਼ੁਭਕਰਨ ਮੌਤ ਮਾਮਲੇ ਦੇ ਵਿੱਚ ਦੱਸ ਦਿੱਤੀ ਕਿ ਹਾਈ ਕੋਰਟ ਦੇ ਵੱਲੋਂ ਕਮੇਟੀ ਬਣਾਈ ਗਈ ਸੀ ਔਰ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ ਗਿਆ ਸੀ ਪਰ ਨਾਲ ਹੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿ ਜੋ ਹਾਈ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਹੈ ਉਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਪਹਿਲਾਂ ਉਹ ਰਿਪੋਰਟ ਅਸੀਂ ਦੇਖਾਂਗੇ, ਉਹ ਸਾਰਾ ਮਾਮਲਾ ਦੇਖਾਂਗੇ, ਉਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਕਾਰਵਾਈ ਹੋਏਗੀ ਉਸ ਕਿਸਮ ਦੇ ਨਾਲ। ਤਾਂ ਹਾਈ ਕੋਰਟ ਦੇ ਦੱਸ ਦਈਏ ਕਿ ਸੇਵਾ ਮੁਕਤ ਜੱਜ ਨੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਬਣਾਈ ਗਈ ਕਮੇਟੀ ਹੈ। ਤਾਂ ਹਰਿਆਣਾ ਤੇ ਪੰਜਾਬ ਦੋਵਾਂ ਦੇ ADGP ਰੈਂਕ ਦੇ ਅਧਿਕਾਰੀ ਇਸ ਦੇ ਵਿੱਚ ਸ਼ਾਮਲ ਨੇ, ਜਿਸ ਦੇ ਨਾਲ ਕਾਨੂੰਨ ਵਿਵਸਥਾ ਵਿੱਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਏਗਾ। ਸੁਪਰੀਮ ਕੋਰਟ ਨੇ ਸਮੇਂ ਇਹ ਕਿਹਾ ਸੀ। ਤਾਂ ਹੁਣ ਇਹ ਕਮੇਟੀ ਦੇ ਵੱਲੋਂ ਦੱਸ ਦਈਏ ਕਿ ਰਿਪੋਰਟ ਸੌਂਪ ਦਿੱਤੀ ਗਈ ਹੈ ਔਰ ਇਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਜਿੱਥੇ ਸ਼ੁਭਕਰਨ ਵੱਲੋਂ ਪਿੰਡ ਦਾ ਰਹਿਣ ਵਾਲਾ ਸੀ ਬਠਿੰਡਾ ਦਾ, ਤਾਂ ਜਿੱਥੇ ਉਸਦੀ ਮੌਤ ਹੋਈ ਸੀ ਔਰ ਉਹ ਥਾਂ ਜਿਹੜੀ ਹੈ ਉਹ ਹਰਿਆਣਾ ਦੇ ਵਿੱਚ। ਸੋ ਦੱਸਦੀ ਕਿ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇੱਕ ਵੱਡਾ ਮਸਲਾ ਉੱਠਦਾ ਆਇਆ ਹੈ ਜਿਸ ਤਰੀਕੇ ਦੇ ਨਾਲ ਇਹ ਮੌਤ ਹੋਈ। ਜਿਹੜੀ PIL ਮੈਂ ਪਾਈ ਹੋਈ ਸੀ ਇਹਦੇ ਵਿੱਚ ਇੰਟਾਇਰਮੀ ਰਿਪੋਰਟ, ਜਿਵੇਂ ਪਿਛਲੀ ਡੇਟ 'ਤੇ ਆਰਡਰ ਹੋਇਆ ਸੀ ਵੀ ਜੁਡੀਸ਼ੀਅਲ ਕਮੇਟੀ ਬਣਾਈ ਸੀ ਸ਼ੁਭਕਰਨ ਦੀ ਡੈਥ ਕਿੱਥੇ ਹੋਈ ਆ, ਕਿਹਨੇ ਕੀਤੀ ਆ, ਕਿਹੜੇ ਵੈਪਨ ਯੂਜ਼ ਹੋਏ ਆ, ਅਤੇ ਉਹਦੀ ਅੱਜ ਇੰਟਾਇਰਮ ਰਿਪੋਰਟ ਆਈ ਹੈ। ਇੰਟਾਇਰਮ ਰਿਪੋਰਟ 'ਚ ਸਪੋਰਟ ਤਾਂ ਆਈਡੈਂਟੀਫਾਈ ਹੋ ਗਿਆ ਵੀ ਇਹ ਸਟੇਟ ਆਫ ਹਰਿਆਣਾ 'ਚ ਕਮਿਟ ਹੋਇਆ, ਬਟ ਕਿਹੜੇ ਵੈਪਨ ਨਾਲ ਹੋਇਆ ਆ ਜਾਂ ਇਹ ਕਿੱਥੇ ਹੋਇਆ ਆ, ਕਿਹੜੇ ਵੈਪਨ ਨਾਲ ਹੋਇਆ ਆ, ਫਿਰ ਕਿਹੜੀ ਕਿਹਦੀ ਰਿਸਪੋਂਸੀਬਿਲਿਟੀ ਆ, ਇਹ ਅਸੀਂ ਇਹ ਅਗਲੇ ਫਾਈਨਲ ਰਿਪੋਰਟ ਆਉਣੀ ਆ। ਹਜੇ ਇਹਦੇ ਵਾਸਤੇ ਜੋ ਐਵੀਡੈਂਸ ਕਲੈਕਟਿਡ ਆ ਉਹ ਸੈਂਟਰਲ CFL ਨੂੰ ਭੇਜਣੇ ਆ। ਇਸ 'ਚ ਸਟੇਟ ਆਫ ਹਰਿਆਣਾ ਨੇ ਇੱਕ ਸੁਜੈਸ਼ਨ ਪੁੱਟ ਕੀਤਾ ਸੀ ਵੀ ਇਹ ਥਰੂ ਕਮੇਟੀ, ਪਹਿਲਾਂ ਇਹ ਜਿਹੜੇ ਐਵੀਡੈਂਸ ਕਲੈਕਟਿਡ ਆ ਇਹ ਕਮੇਟੀ ਕੋਲ ਜਾਣ ਫਿਰ ਅੱਗੇ CFL ਕੋਲ ਜਾਣ, ਬਟ ਜੱਜ ਸਾਹਿਬ ਇਹਨੂੰ ਮਤਲਬ ਇਹ ਮਜ਼ਾਕ ਟ੍ਰੀਟ ਕਰਦੇ ਹੋਏ ਜੱਜ ਸਾਹਿਬ ਨੇ ਡਾਇਰੈਕਟ ਇਹ CFL ਨੂੰ ਭੇਜਣ ਦੀ ਗੱਲ ਕੀਤੀ ਆ। ਪੰਜਾਬ ਤੋਂ ਡਾਇਰੈਕਟ ਉੱਥੇ ਜਾਊਗਾ ਇਹ। ਅਤੇ ਇੱਕ ਅਸੀਂ ਹੋਰ ਸੁਜੈਸ਼ਨ ਪੁੱਟ ਕੀਤਾ ਵੀ ਜਿਹੜਾ ਇਹ ਸ਼ੰਭੂ ਬਾਰਡਰ ਹੁਣ ਵੀ ਬਲੋਕਡ ਹੈ ਨੈਸ਼ਨਲ ਹਾਈਵੇ, ਅਤੇ ਇਹ ਡੇਲੀ ਕਮਿਊਟਰ ਇਹਦੇ ਕਰਕੇ ਸਫ਼ਰ ਹੋ ਰਹੇ ਹਾਂ,
ਤੇ ਇਸ ਇਹਨੂੰ ਖਿਲਾਇਆ ਜਾਵੇ ਤੇ ਸਟੇਟ ਆਫ ਹਰਿਆਣਾ ਇਹਨੂੰ ਕਿੰਨੇ ਟਾਈਮ ਤੱਕ ਬੰਦ ਰੱਖਣਾ ਚਾਹੁੰਦਾ ਆ ਹੋਰ, ਤੇ ਇਹਦੇ ਉੱਤੇ ਜੱਜ ਸਾਹਿਬ ਨੇ ਕੋਗਨੀਜੈਂਸ ਲੈਂਦੇ ਹੋਏ ਦੋਵੇਂ ਸਟੇਟ ਆਫ ਹਰਿਆਣਾ ਤੇ ਪੰਜਾਬ ਨੂੰ ਸਟਰਨਲੀ ਡਾਇਰੈਕਟ ਕਰਦੇ ਹੋਏ ਵੀ ਇਹ ਕਿ ਤੁਸੀਂ ਫੰਡਾਮੈਂਟਲ ਰਾਈਟਸ ਨੂੰ ਵਾਇਓਲੇਟ ਕਰ ਰਹੇ ਹੋ, ਇਹਨਾਂ ਨੂੰ ਖੋਲ੍ਹੋ, ਅਤੇ ਜੇ ਉਹਨਾਂ ਉਹਦੇ ਵਿੱਚ ਸਟੇਟ ਆਫ ਹਰਿਆਣਾ ਨੇ ਕਿਹਾ ਵੀ ਇਹ ਅੱਧਾ ਖੁੱਲ੍ਹਾ ਆ ਅਤੇ ਐਫੀਡੈਵਿਟ ਸੀਕ ਕਰ ਲਿਆ ਵੀ ਐਫੀਡੈਵਿਟ ਦਿਓ ਇਹ ਜੀ। ਅੱਗੇ ਵਧਾਂਗੇ ਤਾਂ ਅੰਮ੍ਰਿਤਸਰ ਦਾ ਰੁਖ ਕਰਦੇ ਹਾਂ ਜਿੱਥੇ ਕਿਸਾਨਾਂ ਨੇ ਬੀਜੇਪੀ ਉਮੀਦਵਾਰ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ। ਕਿਸਾਨਾਂ ਨੇ ਤਰਨਜੀਤ ਸਿੰਘ ਸੰਧੂ ਦੇ ਘਰ ਦੇ ਬਾਹਰ ਟੈਂਟ ਲਗਾ ਲਿਆ। ਸਰਵਨ ਸਿੰਘ ਪਧੇਰ ਸਮੇਤ ਧਰਨੇ ਤੇ ਬੈਠ ਗਏ ਨੇ ਕਿਸਾਨ ਤੇ ਸਰਵਨ ਸਿੰਘ ਪਧੇਰ ਨੇ ਤਰਨਜੀਤ ਸੰਧੂ ਨੂੰ ਸਵਾਲ ਕੀਤੇ ਨੇ। ਤਰਨਜੀਤ ਸੰਧੂ ਨੇ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਨੂੰ ਜਵਾਬ ਦਿੱਤਾ ਹੈ। ਅਸਲੀ ਕਿਸਾਨ ਮੇਰੇ ਭਰਾ ਨੇ, ਸੰਧੂ ਨੇ ਕਿਹਾ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ, ਮੇਰਾ ਟੀਚਾ ਕਿਸਾਨਾਂ ਦੀ ਆਮਦਨ ਵਧਾਉਣ ਦੇ ਵੱਲ। ਤਾਂ ਜ਼ਿਕਰਯੋਗ ਹੈ ਕਿ ਇਸ ਧਰਨੇ ਨੂੰ ਲੈ ਕੇ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਕਿਸਾਨਾਂ ਨੇ ਕਿਹਾ ਸੀ ਕਿ 28 ਮਈ ਨੂੰ ਅਸੀਂ ਇੱਕ ਦਿਨ ਦਾ ਸਾਰੇ ਹੀ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਧਰਨੇ ਲਗਾਵਾਂਗੇ। ਉਸੇ ਤਰਸ ਤੇ ਇਹ ਅੰਮ੍ਰਿਤਸਰ ਚ ਧਰਨਾ ਲੱਗਿਆ। ਅਸੀਂ ਦੇਖ ਰਹੇ ਪ੍ਰਸਥਿਤੀਆਂ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਪੈਦਾ ਕਰ ਰਹੀ ਆ, ਸਵੈਮ ਸੁਨੀਲ ਜਾਖੜ ਜੀ ਜੋ ਕੁਝ ਕਰ ਰਹੇ ਆ, ਸਾਨੂੰ ਉੱਤੇ ਖੇਦ ਆ ਵੀ ਪੰਜਾਬ 'ਚ ਵੋਟਾਂ ਜਿਹਨੂੰ ਮਰਜ਼ੀ ਪੈਣ ਪਰ ਇੱਥੇ ਹਿੰਦੂਆਂ ਸਿੱਖਾਂ ਦੀ ਏਕਤਾ ਅਤੇ ਦਰਾਰ ਨਹੀਂ ਆਉਣੀ ਚਾਹੀਦੀ। ਭਾਜਪਾ ਇਹੋ ਜਿਹਾ ਪੱਤਾ ਖੇਡ ਰਹੀ ਆ, ਉਹ ਹਿੰਦੂਆਂ ਸਿੱਖਾਂ ਦੇ ਵਿੱਚ ਦਰਾਰ ਪਾਉਣ ਦਾ ਕੰਮ ਕਰ ਰਹੀ ਆ। ਭਾਜਪਾ ਦਲਿਤਾਂ ਨੂੰ ਜਿਹੜੇ ਸਵਰਨ ਜਾਤੀ ਉਹਨਾਂ ਨੂੰ ਨਖੇੜ ਕੇ ਅੱਡ ਕਰਕੇ ਉਹੋ ਜਿਹਾ ਪ੍ਰਚਾਰ ਪ੍ਰੋਪੋਗੰਡਾ ਕਰ ਰਹੀ ਹੈ ਜਿਹੋ ਜਿਹੇ ਬਿਆਨ ਹੰਸ ਰਾਜ ਹੰਸ ਜੀ ਦੇ ਆ ਰਹੇ ਨੇ। ਇਹ ਬਹੁਤ ਘਾਤਕ ਬਿਆਨ ਨੇ, ਇਹ ਦੇਸ਼ ਦੀ ਏਕਤਾ ਅਖੰਡਤਾ ਲਈ ਭਾਈਚਾਰਕ ਸੁਰਤਾ ਲਈ ਬਹੁਤ ਮਾੜੇ ਨੇ। ਇਲੈਕਸ਼ਨਾਂ ਪੰਜਾਬ ਵਿੱਚ ਪਿਛਲੇ 75 ਸਾਲਾਂ ਤੋਂ ਹੋ ਰਹੀਆਂ, ਗਾਂ ਵੀ ਹੁੰਦੀਆਂ ਰਹੀਆਂ। ਸੋ ਜਿਹੜੀ ਪਾਰਟੀ ਪੰਜਾਬ ਦੀ ਏਕਤਾ ਨੂੰ ਤੋੜਦੀ ਹੈਗੀ ਆ ਉਹਨੂੰ ਸਾਡੇ ਪੰਜਾਬੀਆਂ ਨੂੰ ਪਛਾਣਨਾ ਚਾਹੀਦਾ। ਕੋਈ ਜਿੱਤੇ ਕੋਈ ਹਾਰੇ ਮਾਇਨੇ ਨਹੀਂ ਰੱਖਦਾ, ਪਰ ਸਾਡੀ ਏਕਤਾ 'ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ ਜਿਸ ਕਿਸਮ ਦੇ ਪੱਤੇ ਭਾਜਪਾ ਖੇਡ ਰਹੀ ਆ। ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ, ਜਿੱਥੇ ਮਰਜ਼ੀ ਆ ਕੇ ਡੈਮੋਨਸਟ੍ਰੇਸ਼ਨ ਕਰਨੀ, ਜੋ ਲੋਕਾਂ ਨੂੰ ਤੰਗ ਕਰਨਾ ਆਪਣੀ ਲੀਡਰੀ ਚਮਕਾਉਣੀ ਚਮਕਾ ਲਓ, ਲੇਕਿਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਬੇੜਾ ਚੁੱਕਿਆ ਮੈਂ ਤੁਹਾਡੇ ਤੋਂ ਡਰ ਜਾਵਾਂਗਾ, ਇਹ ਭੁੱਲ ਜਾਓ। ਇਹ ਭੰਡੇਰ ਹੋਵੇ ਉਹਦਾ ਪਿਓ ਵੀ ਹੋਵੇ, ਇਹ ਕੰਮ ਜਥੇਬੰਦੀਆਂ ਦੀਆਂ ਲੀਡਰਸ਼ਿਪ ਦੀ ਨਹੀਂ ਆ। ਆਪਾਂ ਦੇਖੋ, ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਂ ਨਾਲ ਕਨੈਕਟਡ ਨੇ, ਕਿਉਂਕਿ ਉਹ ਅੰਮ੍ਰਿਤਸਰ ਤੋਂ ਆਉਂਦੇ ਨੇ। ਉਹਨਾਂ ਦੀ ਰਿਸਪੋਂਸੀਬਿਲਟੀ ਆ ਕਿ ਸਭ ਤੋਂ ਪਹਿਲਾਂ ਲੀਡਰਸ਼ਿਪ ਆਪਣੀ ਬਾਅਦ ਚਮਕਾਉਣ, ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਫਾਰਮਰ ਦੀ ਜਿਹੜੀਆਂ ਪ੍ਰੋਬਲਮਸ ਨੇ, ਜਿਹੜੇ ਮੈਂ ਸੋਲਿਊਸ਼ਨ ਦੱਸੇ ਨੇ, ਉਹਨਾਂ 'ਚ ਕੁਛ ਵਾਧਾ ਪਾ। ਧਰਨੇ ਤੇ ਬੈਠ ਕੇ ਨੇ ਕਿਸਾਨ, ਔਰ ਉਸਨੂੰ ਲੈ ਕੇ ਬਿਆਨ ਜਿਹੜੇ ਨੇ ਸਾਹਮਣੇ ਆਏ ਨੇ। ਇੱਕ ਪਾਸੇ ਸਰਵਨ ਸਿੰਘ ਪਧੇਰ ਨੇ ਇਹ ਕਿਹਾ ਹੈ ਕਿ ਉਹ ਆਪਣਾ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਐਲਾਨ ਸੀ ਤਾਂ ਉਹ ਬੈਠੇ ਨੇ, ਔਰ ਦੂਸਰੇ ਪਾਸੇ ਤਰਨਜੀਤ ਸੰਧੂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਡਰਨ ਵਾਲਾ ਨਹੀਂ ਹਾਂ। ਦੱਸੀਏ ਕਿ ਲਗਾਤਾਰ ਬੀਜੇਪੀ ਦੇ ਉਮੀਦਵਾਰਾਂ ਦਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ।
ਅਸਲੀ ਕੌਣ ਹੈ ਨਕਲੀ ਕੌਣ ਹੈ ਇਹਦਾ ਸਰਟੀਫਿਕੇਟ ਤਾਂ ਮੈਨੂੰ ਨਹੀਂ ਲੱਗਦਾ ਭਾਜਪਾ ਦੇ ਉਮੀਦਵਾਰ ਦੇਣਗੇ। ਇਹ ਤਾਂ ਉਹਨਾਂ ਨੂੰ ਅਸਲੀ ਕੌਣ ਆ ਨਕਲੀ ਕੌਣ ਆ 4 ਜੂਨ ਨੂੰ ਵੈਸੇ ਪਤਾ ਲੱਗ ਜਾਣਾ, ਠੀਕ ਆ। ਤੋ ਦੂਜਾ ਪੱਖ ਹੈਗਾ ਵੀ ਗੱਲ ਨੂੰ ਡੀਰੇਲ ਕਰਨ ਲਈ ਸਭ ਕੁਝ ਕੀਤਾ ਜਾ ਰਿਹਾ। ਅਸੀਂ ਤੇ ਕਹਿੰਦੇ ਅਸੀਂ ਤਾਂ ਸੁਨੀਲ ਜਾਖੜ ਜੀ ਸੱਦਾ ਦੇ ਕੇ ਆਏ ਚੰਡੀਗੜ੍ਹ ਵੀ ਇੱਧਰ ਤੋਂ ਤੁਰੇ ਫਿਰਦੇ ਸਾਡੇ ਨਾਲ ਗੱਲ ਕਰ ਲਓ। ਜਿੱਦਣ ਅਸੀਂ ਪ੍ਰੈਸ ਪੂਰੀ ਸਾਹਮਣੇ ਚੰਡੀਗੜ੍ਹ ਸੱਦੇ ਉੱਥੇ ਕੋਈ ਨਹੀਂ ਵੜਿਆ ਹੈਗਾ। ਗਰੇਵਾਲ ਸਾਹਿਬ ਕਹਿੰਦੇ ਤੁਹਾਨੂੰ ਸੱਦਾ ਦੇਣਾ ਨਹੀਂ ਆਉਂਦਾ ਹੈਗਾ। ਅਸੀਂ ਕਿਹਾ ਤੁਸੀਂ ਦੱਸੋ। ਹੁਣ ਅਸੀਂ ਲਗਾਤਾਰ ਫੇਰ ਕਰ ਰਹੇ ਹਾਂ ਵੀ ਭਾਈ ਜੇ ਤੁਸੀਂ 10 ਸਾਲ ਦਾ ਵਿਕਾਸ ਕੀਤਾ ਵਾ ਤੁਸੀਂ ਸਾਡੇ ਨਾਲ ਬਹਿ ਕੇ ਚਰਚਾ ਤੇ ਕਰ ਲਓ। ਨੈਸ਼ਨਲ ਲੈਵਲ ਦੀ ਜਿਹੜੇ ਥੱਲੜੇ ਨੂੰ ਅਸੀਂ ਗੱਲ ਕਰਦੇ ਹਾਂ ਉਹ ਕਹਿੰਦਾ ਜੀ ਸਾਡੇ ਵੱਸ 'ਚ ਇਹ ਗੱਲਾਂ ਹੈ ਹੀ ਨਹੀਂ ਗੀਆਂ, ਅਸੀਂ ਤਾਂ ਛੋਟੇ ਬੰਦੇ ਹਾਂ। ਹਾਂ ਸਾਨੂੰ ਪਹਿਲਾਂ ਜਿਤਾਓ ਅਸੀਂ ਫੇਰ ਗੱਲ ਕਰਾਂਗੇ। ਹੁਣ ਦੇਖੋ ਜਿੱਤਣ ਦੇ ਲਾਰੇ ਤਾਂ ਸਾਰੇ ਲਾਉਂਦੇ ਆ, ਹੁਣ ਜਿੱਤਣ ਤੋਂ ਬਾਅਦ ਕੋਈ ਕੀ ਕਰੂਗਾ ਨਹੀਂ ਕਰੂਗਾ ਤੇ ਸਵਾਲ ਨਹੀਂ ਹੈਗਾ। ਪੁੱਡਾ ਕੰਪਲੈਕਸ ਲਾਡੋਵਾਲੀ ਰੋਡ ਜਲੰਧਰ ਚ ਨਿਊਜ਼ 18 ਪੰਜਾਬ ਦਾ ਮੈਗਾ ਸ਼ੋ ਤਾਕੜ ਵਰਸਸ ਤਾਕੜ 2.0 ਅੱਜ ਰਾਤ 8 ਵਜੇ ਲਾਈਵ। ਕੇਂਦਰ ਮੰਤਰੀ ਗਜਿੰਦਰ ਸ਼ੇਖਾਵਤ ਨੇ ਪਾਰਟੀ ਚ ਕਰਵਾਇਆ ਸ਼ਾਮਲ, ਬੋਲੇ ਪਾਰਟੀ ਨੂੰ ਮਿਲੇਗੀ ਹੋਰ ਮਜ਼ਬੂਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਸ਼ਾਮ ਬਰਨਾਲਾ ਚ ਕੀਤਾ ਰੋਡ ਸ਼ੋ, ਪਾਰਟੀ ਉਮੀਦਵਾਰ ਮੀਤ ਫੇਅਰ ਲਈ ਜੁਟਾਇਆ ਸਮਰਥਨ, ਵਿਰੋਧੀਆਂ ਤੇ ਸਾਧੂ ਨਿਸ਼ਾਨ। ਬਰਨਾਲਾ 'ਚ ਪੰਜਾਬੀ ਜੀ ਪੀ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੀਤਾ ਰੋਡ ਸ਼ੋਅ ਅਤੇ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਲਈ ਮੰਗੀਆਂ ਵੋਟਾਂ। ਜਾਖੜ ਬੋਲੇ ਜਿਨ੍ਹਾਂ ਨੇ ਲਾਂਘਾ ਖੋਲਿਆ ਹੈ ਉਹੀ ਰਾਮ ਨੂੰ ਲੈ ਕੇ ਆਏ। ਸੀਐਮ ਮਾਨ ਨੇ ਕੱਲ੍ਹ ਗਿੱਦੜਬਾਹਾ 'ਚ ਕੀਤਾ ਚੋਣ ਪ੍ਰਚਾਰ, ਕਰਮਜੀਤ ਅਨਮੋਲ ਲਈ ਕੀਤਾ ਰੋਡ ਸ਼ੋਅ ਅਤੇ ਇਸ ਤੋਂ ਇਲਾਵਾ ਬਰਨਾਲਾ ਰਾਮਪੁਰਾ ਫੁੱਲ ਦੇ ਅਪੋਹਚ ਵੀ ਕੀਤੇ। ਕੇਜਰੀਵਾਲ ਨੇ ਕੱਲ੍ਹ ਜਲੰਧਰ ਅਤੇ ਲੁਧਿਆਣਾ 'ਚ ਕੀਤੇ ਰੋਡ ਸ਼ੋਅ, ਕੇਜਰੀਵਾਲ ਦੇ ਨਿਸ਼ਾਨੇ 'ਤੇ ਰਹੀ ਕੇਂਦਰ ਦੀ ਬੀਜੇਪੀ ਸਰਕਾਰ, ਪੰਜਾਬ ਦੇ ਲੋਕਾਂ ਤੋਂ ਮੰਗੀਆਂ ਸਾਰੀਆਂ 13 ਸੀਟ। ਰਾਘਵ ਚੜ੍ਹਾ ਨੇ ਪੰਜਾਬ 'ਚ ਭਰੀ ਚੋਣ ਹੰਕਾਰ, ਸਾਹਨੇਵਾਲ 'ਚ ਕੀਤਾ ਰੋਡ ਸ਼ੋਅ, ਗੁਰਬੀਰ ਸਿੰਘ ਜੀਪੀ ਲਈ ਮੰਗੀਆਂ ਵੋਟ। ਬਠਿੰਡਾ ਸੀਟ ਲਈ ਬਾਦਲ ਪਰਿਵਾਰ ਨੇ ਚੌਂਕੀ ਪੂਰੀ ਤਾਕਤ, ਮਾਨਸਾ 'ਚ ਹਰਸਿਮਰਤ ਕੌਰ ਬਾਦਲ ਨੇ ਕੀਤਾ ਚੋਣ ਪ੍ਰਚਾਰ, ਬੋਲੇ ਪੰਜਾਬ 'ਚ ਬਾਦਲ ਸਰਕਾਰ ਵੇਲੇ ਹੋਇਆ ਸੀ ਵਿਕਾਸ। ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਜ਼ੀਰਾ ਨੇ ਫਿਰ ਦੁਹਰਾਈ ਡੋਪ ਟੈਸਟ ਦੀ ਮੰਗ, ਕਿਹਾ ਡੋਪ ਟੈਸਟ ਦੀ ਮੰਗ ਲਈ 2 ਦਿਨਾਂ ਤੱਕ ਜਾਵਾਂਗਾ ਕੋਰਟ, ਸਹੁੰ ਚੁੱਕਣ ਤੋਂ ਪਹਿਲਾਂ ਹੋਵੇ ਉਮੀਦਵਾਰਾਂ ਦਾ ਡੋਪ ਟੈਸਟ। ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਸ਼ਹਿਰ 'ਚ ਕੀਤਾ ਰੋਡ ਸ਼ੋਅ, ਹਾਲ ਗੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅੰਦਰੂਨੀ ਇਲਾਕੇ 'ਚ ਕੀਤਾ ਚੋਣ ਪ੍ਰਚਾਰ, ਸੈਕੜੇ ਸਮਰਥਕ ਵੀ ਰੋਡ ਸ਼ੋਅ ਦੇ ਨਾਲ। ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੇ ਅਨੋਖੇ ਤਰੀਕੇ ਨਾਲ ਕੀਤਾ ਚੋਣ ਪ੍ਰਚਾਰ, ਮਲਵਈ ਬੋਲੀਆਂ ਅਤੇ ਢੋਲ ਵਜਾ ਕੇ ਬਾਜ਼ਾਰ 'ਚ ਨੰਗੇ ਪੈਰੀ ਕੀਤਾ ਪ੍ਰਚਾਰ, ਬੋਲੇ ਪੰਜਾਬ 0 ਤੋਂ ਕੰਮ ਸਟਾਰਟ ਕਰਕੇ ਸੂਬੇ ਨੂੰ ਬਣਾਵਾਂਗੇ ਖੁਸ਼ਹਾਲ।